ਦੁਨੀਆ ਨਾਲ ਹੀ ਆ ਗਿਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਦਿਨ ਹੈਗਾ ਸ਼ਨੀਵਾਰ ਦਾ, ਟਾਈਮ ਹੋ ਗਿਆ ਜੀ 4:15। ਵੀ ਗਰਮੀ ਲੱਗ ਰਹੀ ਜੀ ਸਵੇਰ ਦੀ, ਅੱਜ ਹੁਣ ਬੱਦਲ ਉੱਠਿਆ ਹੋਇਆਗਾ ਤੇ ਸਾਡੇ ਵੱਲ ਬਿਲਕੁਲ ਵੀ ਮੀਂਹ ਨਹੀਂ ਹੈਗਾ। ਕਾਫੀ ਜਗ੍ਹਾ ਤੇ ਭੈਣਾਂ ਦੇ ਕਮੈਂਟ ਆਉਂਦੇ ਨੇ ਵੀਰਾਂ ਦੇ ਵੀ ਸਾਡੀ ਬਹੁਤ ਮੀਂਹ ਪੈ ਗਿਆ, ਸਾਡੀ ਬਹੁਤ ਤਰ ਪੈ ਗਿਆ। ਦੇਖੋ ਅੱਜ ਆਊਗਾ ਜੀ ਬੱਦਲ ਦਾ ਬਹੁਤ ਜ਼ਿਆਦਾ ਉੱਠਿਆ ਹੋਇਆ। साडे वाल अजे तक मीह नहीं आया है, कणी कामण जी करके हट जाता है। इधर साडे नेड़े सनाम हैगा, इन्ना मीह पैंदा उत्थे, साडे इधर पिछे पिंड ने जिहड़े उत्थे इन्ना मीह पैंदा, सानू विचारे विचारे छड्ड जांदा है। पता नहीं क्यों ऐसा करता है भगवान। रिपना खड़ा चाह पी, देखी बारे मौसम बदल किन्ने सोहने हो गए। गिलास छपा के क्या गिलास गिलास आ गया, ले समान चक्के भज के भज के। इधर उड़ के आ गए होंगे। आए
फुल जोर क्या है मीना छोटा का मोटा पट्टी सुई ना दे दे छोटी टूट जाती है गर्मी बाली हुई पी उम्मीद तो ना है चार कड़िया नहीं पाइया इन्ना गुम करता बट होया पेगा जो गर्मी लगी कोई गल ना उड़ी जाके छलियां भुन लिया दो पानिया ने गुरली ना एक छली होर पई है मंजा डाने उरे चाके लिया मंजा में तार सी एक मज की कड ली सब्जी आप दोपहरे बनाने होंने दो काटा गुन के रोटी पका लगे ਲੈ ਖਾਣੇ ਨੇ ਬੁੱਤਰੇ ਜਨ ਕੁਕੜੀ ਕਿਹੜਾ ਹੀ ਗੁਰਲੀ ਨੂੰ ਖਾਓ ਗੱਦੀ ਛੱਲੀ ਗੁਰਲੀ ਨੂੰ ਛੱਲੀ ਖਾਣੇ ਕੁਕੜੀ ਖਾਣੀ ਆ ਸੱਚ ਇਹ ਕੁਕੜੀ ਖਾਲ ਛੱਲੀ ਦਾ ਭਾਈ ਅਸੀਂ ਕਦੇ ਵੀ ਇਹਨੂੰ ਉਬਾਲ ਕੇ ਨਹੀਂ ਖਾਦਾ ਹੈਗਾ ਮੈਨੂੰ ਪਤਾ ਨਹੀਂ ਉਬਾਲ ਕੇ ਦਾ ਕਿਹੜਾ ਟੇਸਟ ਹੁੰਦਾ ਕਈ ਲੋਕ ਇਹਨੂੰ ਉਬਾਲ ਕੇ ਖਾਂਦੇ ਨੇ ਖਾ ਕੇ ਦੇਖੂ ਮੈਂ ਉਬਾਲ ਕੇ ਰੈਸਪੀਆਂ ਹੀ ਬਣਦੀਆਂ ਨੇ ਇਹਦੀਆਂ ਜਿਹੜੇ ਪੀਜੇ ਤੇ ਪੈਂਦੇ ਨੇ ਉਹ ਉਬਾਲੇ ਹੋਏ ਕਾਰਨ ਹੁੰਦੇ ਨੇ
ਪੈਨ ਪਿਆਉ ਕੀ ਕੁਛ ਕੁਛ ਇਹ ਥੋੜਾ ਮੂੰਹ ਅਧਰੋਂ ਹੋਰ ਆ ਰਿਹਾ ਇਧਰੋਂ ਕਾਲਾ ਆ ਰਿਹਾ ਬ੍ਰਾਈਟਨੈਸ ਤਾਂ ਕਰੀ ਨਹੀਂ ਆਈ ਇਹਨੇ ਮੇਰੀ ਬਚਪਨ ਦੇ ਵਿੱਚ ਨਾ ਇਹਨੂੰ ਦਾਣੇ ਕੱਢ ਕੇ ਆਪਦਾ ਆਪਦਾ ਨਾਮ ਬਣਾ ਲੈਂਦੇ ਛੱਲੀ ਦੇ ਵਿੱਚ ਪੰਜਾਬੀ ਚ ਨਾਮ ਬਣਾ ਚੱਪਲਾਂ ਪਾਣੀ ਪਾਉਂਦਾ ਮੇਰੇ ਤੋਂ ਮੰਮਾ ਤੁਸੀਂ ਆਪਦਾ ਨਾਮ ਬਣਾ ਲਓ ਗੱਗਾ ਹੀ ਬਣਾ ਲਓ ਚਾਹੇ ਮੇਰਾ ਵੀ ਬਣ ਹੀ ਜਾਊ ਤੇਰਾ ਵੀ ਬਣ ਜਾਊ ਇਹ ਚੋਰੀ ਖਾ ਖਾ ਲੈਂਦਾ ਗਰਮੀ ਲੱਗੀ ਆ ਦੇ ਚਾਕਲੇਟ ਖਾ ਲਿਆ ਮਾਜਾ ਕਹਿੰਦਾ ਮੇਰੇ ਅੱਖਾਂ ਦਾ ਖਮਲਾ ਲੱਗ ਜਾਂਦਾ ਇਹ ਮੈਮ ਨੇ ਗਏ ਆ ਕਹਿੰਦਾ ਜਿਹੜਾ ਵੀ ਹੁੰਦਾ ਹੁਣ ਚੱਕੀ ਨਾ ਅੱਖਾਂ ਚ ਅੱਖਾਂ ਨਹੀਂ ਮਿਲਾ ਸਕਦਾ ਕਹਿੰਦਾ ਜਿਹੜੇ ਬੰਦਾ ਚੋਰੀ ਕਰਦਾ ਉਹਦੇ ਅੱਖਾਂ ਚ ਅੱਖਾਂ ਨਹੀਂ ਮਿਲਾ ਸਕਦਾ ਮੈਂ ਦੇਖ ਤੇਰੀ ਅੱਖਾਂ ਚ ਅੱਖਾਂ ਮਿਲਾ ਹੈ ਮੈਂ ਤੇਰੀ ਵਰਗੀ ਚੋਰਤਾ ਮੇਰੇ ਅੱਖਾਂ ਚ ਖਮਲਾ ਰਿਹਾ ਚਾਕਲੇਟ ਖਾ ਕੇ ਅਲਮਾਰੀ ਚ ਚੋਰੀ ਕਰਕੇ ਮਨਵੀਰ ਦੀ ਅਲਮਾਰੀ ਚ ਚੋਰੀ ਕਰਕੇ ਟੋਫੀਆਂ ਨਿਕਲ ਗਿਆ ਨਾ ਕਹਿੰਦਾ ਮੈਂ ਤੇਰੀਆਂ ਅੱਖਾਂ ਚ ਅੱਖਾਂ ਪਾਉਣਾ ਕਹਿੰਦਾ ਸਾਡੀ ਮੈਡਮ ਕਹਿੰਦੀ ਆ ਜਿਹੜੇ ਬੰਦੇ ਚੋਰ ਹੁੰਦੇ ਨੇ ਅੱਖਾਂ ਚ ਅੱਖਾਂ ਪਾ ਕੇ ਨਹੀਂ ਗੱਲ ਕਰ ਸਕਦੇ ਬੇਸ਼ਰਮ ਇਹ ਹੈਂਡ ਵਰਕ ਦਾ ਸੂਟ ਹੈ ਇਸ ਤਰ੍ਹਾਂ ਦਾ ਇਹ ਸਿਲਾਈ ਕਰਾਉਣ ਲਈ ਭੇਜਣੀ ਇਸ ਤਰ੍ਹਾਂ ਦਾ ਮਨਵੀਰ ਦਾ ਸੂਟ ਤੁਸੀਂ ਦੇਖਿਆ ਹੋਊਗਾ ਪਾਇਆ ਉਹਦੇ ਨਾਲ ਦਾ ਇਸ ਤਰ੍ਹਾਂ ਦੇ ਘੇਰ ਦਾ ਉੱਪਰ ਇਸ ਤਰ੍ਹਾਂ ਦੇ ਸਾਰੇ ਜਾਊਗਾ ਸੋਹਣਾ ਬਹੁਤ ਲੱਗਦਾ ਇਹ ਸੂਟ ਨਾਲ ਇਹਦੇ ਇਸ ਤਰ੍ਹਾਂ ਦੀ ਫਿਰੋਜੀ ਸਲਵਾਰ ਹੈ ਫਿਰੋਜੀ ਦੁਪੱਟਾ ਹੈਗਾ ਇਹ ਵੀ ਸੂਟ ਹੈ ਜਿਹੜਾ ਹੈਂਡ ਵਰਕ ਦਾ ਬਣ ਕੇ ਆਇਆ ਇਹ ਸੂਟ ਨਾ ਜਲਦੀ ਚਾਹੀਦੇ ਸੀਗੇ ਤਾਂ ਕਰਕੇ ਮੰਗਵਾਏ ਨੇ ਫਟਾਫਟ ਉਹਨਾਂ ਜੇ ਕੋਈ ਸੂਟ ਜਲਦੀ ਚਾਹੀਦਾ ਹੁੰਦਾ ਜੀ ਫਿਰ ਉਹ ਐਮਰਜੈਂਸੀ ਕਈ ਵਾਰੀ ਸਾਨੂੰ ਫੜਾ ਜਾਂਦੇ ਨੇ ਬਾਕੀ ਸੂਟ ਇਕੱਠੀ ਆਉਂਦੇ ਹੁੰਦੇ ਚਲੋ ਜੀ ਆਪਾਂ ਅੱਜ ਦੇ ਵਲੋਗ ਦਾ ਐਂਡ ਇੱਥੇ ਕਰ ਦਿਆਂਗੇ ਅਤੇ ਮੀਂਹ ਸਾਡੇ ਵੱਲ ਰਾਤ ਪੈ ਗਿਆ ਸਾਨੂੰ ਉਹਦੀ ਸ਼ਨੀਵਾਰ ਦੀ ਰਾਤ ਸੀ ਜਿਹੜੀ ਅੱਜ ਐਤਵਾਰ ਆ ਸ਼ਨੀਵਾਰ ਦੀ ਰਾਤ ਨੂੰ ਸਾਡੇ ਵੱਲ ਵਧੀਆ ਮੀਂਹ ਪੈ ਗਿਆ ਸਵੇਰੇ ਜਦੋਂ ਮੈਂ ਉੱਠੀ 4:15 ਵਜੇ ਉੱਠਣ ਲੱਗੀ ਮੀਂਹ ਪਈ ਜਾਂਦਾ ਸੀ ਮੈਂ ਦੁਬਾਰਾ ਫਿਰ ਦੇਖ ਕੇ ਪੈ ਗਈ ਮੀਂਹ ਪੈਣ ਨਹੀਂ ਹਟਿਆ ਫਿਰ ਮੈਂ ਹਾਰ ਕੇ 4:45 ਵਜੇ ਇਸ ਤਰ੍ਹਾਂ ਉੱਠ ਗੜੀ ਮੈਂ ਹੁਣ ਇਹ ਹਟਦਾ ਨਹੀਂ ਪਤਾ ਨਹੀਂ 2:30 ਵਜੇ ਆਇਆ ਸ਼ਾਇਦ ਮੀਂਹ 2:30 ਵਜੇ ਦਾ ਰਾਤ ਦਾ ਪੈਣ ਲੱਗਿਆ ਹੋਇਆ ਮੀਂਹ ਹੋਇਆ ਬੰਦ ਫਿਰ 8:30 ਵਜੇ 8:30 ਵਜੇ ਤੱਕ ਵਧੀਆ ਮੀਂਹ ਪੈ ਗਿਆ ਸਵੇਰੇ ਜੇ ਕੋਈ ਜਿਹੜਾ ਭਾਂਡਾ ਪਿਆ ਸੀ ਬੱਠਲ ਪਿਆ ਸੀ ਉਹ ਤੋਂ ਪਤਾ ਲੱਗਦਾ ਸੀ ਵੀ ਮੀਂਹ ਵਧੀਆ ਪੈ ਗਿਆ ਹੁਣ ਫਿਰ ਧੁੱਪ ਨਿਕਲ ਆਈ ਹੈ ਐਤਵਾਰ ਨੂੰ ਚਲੋ ਮੌਸਮ ਠੰਡਾ ਹੋਊਗਾ ਜੀ ਕੁਛ ਤਾਂ ਫਰਕ ਪਿਆ ਨਹੀਂ ਗਰਮੀ 'ਚ ਬਹੁਤ ਜ਼ਿਆਦਾ ਔਖਾ ਸੀ ਮੀਂਹ ਪੈਣ ਨਾਲ 2-3 ਦਿਨ ਵਧੀਆ ਨਿਕਲ ਜਾਂਦੇ ਨੇ ਹੁਣ ਜਿਵੇਂ ਭਰਾਂਡਾ ਇੱਥੇ ਸਾਨੂੰ ਏਸੀ ਜ਼ਰੂਰ ਨਹੀਂ ਹੈ ਜੇ ਅਸੀਂ ਇਸ ਤਰ੍ਹਾਂ ਹੀ ਬੈਠਿਆਂਗੇ ਜਦੋਂ ਗਰਮੀ ਹੁੰਦੀ ਹੈ ਇੱਥੇ ਏਸੀ ਲਾਉਣਾ ਪੈਂਦਾ ਕਿਉਂਕਿ ਬਾਹਰੋਂ ਧੁੱਪ ਦੇ ਨਾਲ ਜੋ ਸੇਕ 'ਤੇ ਹੁੰਦਾ ਨਾ ਤੇਜ਼ ਆਹ ਸ਼ੀਸ਼ੇ ਨੇ ਜਿਹੜੇ ਉੱਪਰ ਤੱਪ ਜਾਂਦੇ ਨੇ ਫਿਰ ਇੱਥੇ ਤਫਸ ਹੋ ਜਾਂਦੀ ਹੈ ਬਰਾਂਡੇ 'ਚ ਬੈਠਿਆ ਨਹੀਂ ਜਾਂਦਾ ਚਲੋ ਠੀਕ ਹੈ ਜੀ ਫਿਰ ਹੈ ਨਾ ਆਪਾਂ ਅੱਜ ਦੇ ਵਲੋਗ ਤਾਂ ਇੰਡੇ ਇੱਥੇ ਕਰ ਦਿਆਂਗੇ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਮੁਸਕਰਾਉਂਦੇ ਰਹੋ ਅਤੇ ਫਿਰ ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ